ਲੀਲਾ ਇੱਕ ਤਸਵੀਰਾਂ ਰੋਂਦੀਆਂ ਨੇ। ਧੰਨ ਜਿਗਰਾ ਮਾਵਾਂ ਦਾ, ਜਿਹੜੇ ਪੁੱਤ ਇਦਾਂ ਗਏ ਸੀ ਘਰੋਂ ਕੰਮ ਲਈ ਮਗਰੋਂ ਮੁੜੇ ਹੀ ਨਹੀਂ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਕਰਨ ਜਾ ਰਹੇ ਹਾਂ ਅੱਜ, ਉਹ ਬਿੱਗ ਟੌਕ ਰੂਪਲ ਰਵਾਊ ਦਾ ਬਾਈ ਦਾ ਸੌਂਗ ਆਇਆ, ਰੂਪਲ ਰਵਾਈ ਦਾ। ਅਤੇ ਆਹ ਦੇਖਣਾ ਕਰਦੇ ਸੌਂਗ, ਸੌਂਗ ਇਹ ਕੱਲ੍ਹ ਆਇਆ ਸੀ ਅਤੇ ਕੱਲ੍ਹ ਯਾਰ ਮੇਰਾ ਟਾਈਮ ਜਿਹਾ ਨਹੀਂ ਲੱਗਾ, ਬਾਕੀ ਮੈਂ ਕੱਲ੍ਹ ਮੱਸਿਆ ਸੀ, ਮੱਸਿਆ ਚਲਾ ਗਿਆ, ਬਾਕੀ ਸ਼ਹੀਦੀ ਦੇਣੀ ਸੀ ਕੱਲ੍ਹ, ਅਤੇ ਉਸ ਕਰਕੇ ਮੈਂ ਥੋੜ੍ਹਾ ਲੇਟ ਆਇਆ ਅਤੇ ਮੈਂ ਰਿਐਕਸ਼ਨ ਨਹੀਂ ਕਰ ਪਾਇਆ। ਅਤੇ ਅੱਜ ਆਪਾਂ ਇਹ ਸੌਂਗ ਦੇਖਣਾ ਕਰਦੇ ਹਾਂ, ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਅਤੇ ਇਹਦੇ 'ਚ 84 ਦੇ ਸ਼ਹੀਦਾਂ ਸਿੰਘਾਂ ਦੀ ਜ਼ਰੂਰ ਗੱਲ ਹੋਈ ਹੋਊਗੀ ਮੇਰੇ ਹਿਸਾਬ ਨਾਲ। ਅਤੇ ਬਾਕੀ ਰੂਪ ਭੁੱਲਰ ਬਾਈ ਦੇ ਗਾਣੇ ਬਹੁਤ ਘੈਂਟ ਲੱਗਦੇ ਆ, ਬਹੁਤ ਸੋਹਣਾ ਲਿਖਦਾ ਬਾਈ ਅਤੇ ਬਹੁਤ ਸੋਹਣਾ ਗਾਉਂਦਾ। ਅਤੇ ਆਓ ਇਹ ਵੀ ਸੌਂਗ ਆਪਾਂ ਦੇਖਣਾ ਕਰਦੇ ਹਾਂ ਕੀ ਗੱਲਬਾਤ ਕੀਤੀ, ਕਿੱਦਾਂ ਸੌਂਗ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਜਿਹੜੇ ਰੂਪ ਭੁੱਲਰ ਬਾਈ ਨੂੰ ਪਿਆਰ ਕਰਦੇ ਆ, ਵੀਡੀਓ ਲਾਈਕ ਕਮੈਂਟ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ। ਬਾਕੀ ਗੱਲ ਆਪਾਂ ਬਾਅਦ 'ਚ ਕਰਦੇ, ਪਹਿਲੇ ਦੇਖਦੇ ਹਾਂ ਵੀਡੀਓ। ਸਾਡਾ ਪਹਿਰਾਵਾ ਵੱਖਰਾ, ਸਾਡਾ ਪਾਣਾ ਵੱਖਰਾ, ਸਾਡੀ ਰਹਿਣੀ ਵੱਖਰੀ, ਸਾਡੀ ਕਹਿਣੀ ਵੱਖਰੀ, ਖਾਲਸਾ ਜੀ ਸਾਡੇ ਸੰਸਕਾਰ ਵੱਖਰੇ। ਹੱਥੀਂ ਜੱਗ ਦੋਏ ਪੁੱਤ ਜਿੰਨਾ ਨੇ, ਨਹੀਂ ਮਾਵਾਂ ਨਜ਼ਰਾਂ ਤਾਰਦੀਆਂ, ਹੱਥੀਂ ਹਥਿਆਰ ਫੜਾਉਂਦੀਆਂ ਨੇ, ਨਹੀਂ ਸਿਰ ਤੋਂ ਮਿਰਚਾਂ ਵਾਰਦੀਆਂ। ਸਹੀ ਗੱਲ ਆ, ਸਾਡੇ ਕੰਨਾਂ ਪਿੱਛੇ ਟਿੱਕੇ ਨਾ, ਸਾਡੇ ਲੱਗੇ ਰਹਿੰਦੇ ਡੱਬਣਾ ਨੀ, ਜੋ ਆਉਂਦੇ ਸਾਡੇ ਰਾਵਾਂ ਚ ਆਉਂਦਾ ਮੇਲ ਕਰਾਉਂਦੇ ਰੱਬਣਾ। ਯਾਰ ਇਹ ਤਾਂ ਇੱਕ ਚੜ੍ਹਦੀ ਕਲਾ ਦੀ ਮਿਸਾਲ ਬਾਈ ਨੇ ਦਿੱਤੀ ਆ। ਇਹ ਚੀਜ਼ ਮੈਂ ਦੇਖਦਾ ਹਾਲੇ ਤੱਕ ਵੈਰੀ ਕੰਮ ਦੇ ਆ, ਉਹਨਾਂ ਦੀਆਂ ਫੋਟੋਆਂ ਤੋਂ ਜਿਹੜੇ ਸੂਰਮੇ ਜਿਹੜੇ ਸ਼ਹਾਦਤਾਂ ਦੇ ਗਏ ਆ, ਕੌਮ ਦੇ ਵਾਸਤੇ ਕੁਛ ਕਰ ਗਏ ਆ। ਆ ਮੈਂ ਕੱਲ੍ਹ ਆ ਪਰਸੋਂ ਦੀ ਖਬਰ ਆ, ਮੈਨੂੰ ਨਹੀਂ ਪਤਾ, ਪੀਲੀਭੀਤ ਦੀ ਕੋਈ ਖਬਰ ਆ ਯੂਪੀ ਦੀ, ਉੱਥੇ ਗੁਰਦੁਆਰਾ ਸਾਹਿਬ ਕਹਿੰਦੇ ਸੰਤਾਂ ਦੀ ਫੋਟੋ ਲਾਤੀ ਅਤੇ ਉੱਥੋਂ ਦੇ ਬਾਅਦ 'ਚ ਕਿਸੇ ਨੇ ਮਤਲਬ ਸ਼ਿਕਾਇਤ ਲਾਤੀ ਹੋਊਗੀ, ਅਤੇ ਫਿਰ ਉੱਥੇ ਪਰਚਾ ਦਰਜ ਹੋਇਆ ਮਤਲਬ ਗ੍ਰੰਥੀ ਸਿੰਘ 'ਤੇ, ਅਤੇ ਦੂਜੇ 'ਤੇ ਆਪਣੇ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਸੀ ਅਤੇ ਕਮੇਟੀ 'ਤੇ ਮੰਨ ਲਓ। ਅਤੇ ਦੇਖ ਲਓ ਹਾਲੇ ਤੱਕ ਕਿੰਨਾ ਖੌਫ ਆ ਉਹਨਾਂ ਦਾ, ਕਿ ਜਿਹੜੇ ਦੁਨੀਆਂ 'ਤੇ ਨਹੀਂ ਹੈਗੇ ਸ਼ਹਾਦਤਾਂ ਪਾ ਗਏ, ਮਗਰ ਉਹਨਾਂ ਦੀਆਂ ਫੋਟੋਆਂ ਤੋਂ ਹਾਲੇ ਵੀ ਵੈਰੀ ਕੰਮ ਦੇ ਆ, ਕਿਤੇ ਕਿਤੇ ਕੁਛ ਹੋ ਨਾ ਜਾਵੇ। ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ 'ਚ ਜਿੱਤੇ ਆ, ਮਗਰ ਤੁਸੀਂ ਗੋਦੀ ਮੀਡੀਆ ਦਾ ਹਾਲ ਦੇਖ ਲਓ, ਬੁਰਾ ਹਾਲ ਹੋਇਆ ਫਿਰਦਾ ਉਹ, ਪਤਾ ਨਹੀਂ ਬੰਦਾ, ਤੁਸੀਂ ਸੋਚੋ ਹੁਣ ਕੀ ਗੱਲ ਕਰੂਗਾ ਬੰਦਾ, ਕੋਈ ਦੇਸ਼ ਦੀ ਗੱਲ ਕਰੂਗਾ, ਤਰੱਕੀ ਦੀ ਗੱਲ ਕਰੂਗਾ, ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਇਹਦੇ 'ਚ ਗਲਤ ਕੀ ਆ? ਪੰਜਾਬ ਇੱਕ ਹਿੱਸਾ ਵਾ ਦੇਸ਼ ਦਾ, ਹੈ ਨਾ? ਜੇ ਤੁਸੀਂ ਹਿੱਸਾ ਮੰਗਦੇ ਜੀ, ਫਿਰ ਤੁਹਾਨੂੰ ਡਰ ਕਾਹਤੋਂ ਆ? ਉਸ ਬੰਦੇ ਦਾ ਡਰ ਕਾਹਤੋਂ ਆ? ਜੇ ਉਹ ਸਭਾ ਦੇ ਵਿੱਚ ਜਾ ਕੇ ਗੱਲ ਕਰੂਗਾ, ਜੇ ਪਾਰਲੀਮੈਂਟ ਵਿੱਚ ਮੁੱਦੇ ਚੁੱਕੂਗਾ, ਤਾਂ ਉਹਨੇ ਪੰਜਾਬ ਦੇ ਚੁੱਕਣੇ, ਕੋਈ ਵੱਖਰੇ ਦੇਸ਼ ਦੇ ਥੋੜ੍ਹਾ ਚੁੱਕ ਲੈਣੇ ਆ? ਪੰਜਾਬ ਇੱਕ ਇੰਡੀਆ ਦਾ ਹਿੱਸਾ ਹੀ ਆ, ਤੁਸੀਂ ਉਹ ਵੀ ਫਿਰ ਇਹ ਵੀ ਨਹੀਂ ਤੁਸੀਂ ਫਿਰ ਜੇ ਬੰਦਾ ਵੱਖ ਵੱਖ ਦੀ ਗੱਲ ਕਰਨ ਲੱਗ ਪੈਂਦਾ ਵਾ, ਜੇ ਦੇਸ਼ ਤੋਂ ਵੱਖ ਦੀ ਗੱਲ ਕਰਨਾ ਪੈਂਦਾ, ਫਿਰ ਵੀ ਉਹ ਗਲਤ ਆ। ਜੇ ਉਹ ਦੇਸ਼ 'ਚ ਰਹਿ ਕੇ ਦੇਸ਼ ਦੀ ਗੱਲ ਕਰਨਾ ਚਾਹੁੰਦਾ, ਤੁਸੀਂ ਉਹ ਵੀ ਨਹੀਂ ਕਰਨ ਦਿੰਦੇ, ਫਿਰ ਤੁਸੀਂ ਕਿੱਥੋਂ ਚਾਹੁੰਦੇ ਜੋ ਕਿ ਮਤਲਬ ਕੋਈ ਵੱਖਰੇ ਦੀ ਗੱਲ ਕਿਉਂ ਨਾ ਕਰੇ? ਦੇਖਿਓ ਮੈਂ ਕਹਿੰਦਾ, ਜਿੱਦਣ ਭਾਈ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਸਪੀਚ ਆਈ ਨਾ, ਉਹਨੂੰ ਅੱਧਿਆਂ ਨੇ ਦੰਦਲਾਂ ਪਾ ਦੇਣੀਆਂ, ਅਤੇ ਜਦੋਂ ਪਾਰਲੀਮੈਂਟ ਜਾ ਕੇ ਗੱਜਿਆ ਤਾਂ ਉਦੋਂ ਕੀ ਹੋਊਗਾ? ਸੋਚਣ ਵਾਲੀਆਂ ਗੱਲਾਂ ਯਾਰ, ਜਿਹੜੇ ਕੌਮ ਲਈ ਸ਼ਹਾਦਤਾਂ ਪਾ ਕੇ ਉਹਨਾਂ ਦਾ ਡਰ ਆ, ਅਤੇ ਇਹ ਤਾਂ ਇੱਕ ਜਿਉਂਦਾ ਜਾਗਦਾ ਹਾਲੇ।
ਇਹਦੇ ਇਹਦਾ ਕਿੰਨਾ ਖੌਫ ਹੋਊਗਾ, ਡਰੇ ਫਿਰਦੇ ਜੋ ਖਾਲੜਾ ਜੀ ਜਿਨ੍ਹਾਂ ਨੇ ਆਪਣੀ ਮਤਲਬ ਕੌਮ ਨੂੰ ਇੱਕ ਸ਼ਹਾਦਤ ਹੀ ਇਸੇ ਚੀਜ਼ ਨੂੰ ਦੇ ਤੀ ਕਿ ਜਿਹੜੇ ਲੱਭੇ ਨੀ ਉਹਨਾਂ ਨੂੰ ਲੱਭ ਲਾ, ਮਗਰ ਕਿੱਥੇ ਪਤਾ ਲੱਗਣ ਦਿੰਦੀਆਂ ਸਰਕਾਰਾਂ, ਕਿੱਥੇ ਸਾਹਮਣੇ ਆਉਣ ਦਿੰਦੀਆਂ ਯਾਰ। ਤੇ ਖਡੂਰ ਸਾਹਿਬ ਵਾਲਿਆਂ ਐਰਕੀ ਦੀ ਸਾਬਤ ਕਰਤਾ ਕਿ ਅਸੀਂ ਨੀ ਦੋਗਲੇ, ਅਸੀਂ ਆਪਣਾ ਉਲਾਂਭਾ ਲਾ ਦਿੱਤਾ। ਹੁਣ ਯਾਰ ਬਹੁਤ ਸੋਹਣਾ ਯਾਰ ਗਾਇਆ ਕੀ ਉਮਰੇ ਤੁਰ ਗਏ ਵੀਰ ਸਾਡੇ, ਸਾਨੂੰ ਨੀਂਦਾਂ ਵਿੱਚੋਂ ਜਗਾਉਂਦੇ ਨੇ, ਹੋ ਸਾਨੂੰ ਵਿੱਚ ਜਵਾਨੀ ਦੇ ਜੇਲਾ ਦੇ ਸੁਪਨੇ ਆਉਂਦੇ ਨੇ, ਹੋ ਸਾਨੂੰ ਵਿੱਚ ਜਵਾਨੀ ਦੇ ਜੇਲਾ ਦੇ ਸੁਪਨੇ ਆਉਂਦੇ ਨੇ। ਯਾਰ ਇੱਥੇ ਨਾ ਮੈਨੂੰ ਇੱਕ ਚੀਜ਼ ਚੇਤਾ ਆ ਰਹੀ ਆ, ਅਸਲੇ ਤੋਂ ਕਿਉਂ ਇੰਨਾ ਮਤਲਬ ਡਰ ਪਾਇਆ ਜਾ ਰਿਹਾ। ਇੱਥੇ ਇੱਥੇ ਬਾਈ ਸਿੱਧੂ ਦੀ ਗੱਲ ਮੈਨੂੰ ਚੇਤੇ ਆਉਂਦੀ, ਕਹਿੰਦਾ ਤੁਹਾਨੂੰ ਉਸ ਚੀਜ਼ ਬਾਰੇ ਕਿਉਂ ਨਹੀਂ ਦੱਸਿਆ ਜਾ ਰਿਹਾ, ਇਹ ਇੱਕ ਸੇਫਟੀ ਆ ਪਹਿਲਾਂ ਇਸ ਚੀਜ਼ ਨੂੰ ਕੋਈ ਐਡਾ ਹੁਣ ਵਧਾ ਚੜਾ ਕੇ ਪੇਸ਼ ਕਿਉਂ ਕੀਤਾ ਜਾਂਦਾ, ਹੁਣ ਕਿਉਂ ਇੰਨਾ ਡਰ ਪਾਇਆ ਜਾ ਰਿਹਾ ਕਿ ਇੱਥੋਂ ਦੂਰ ਰਹੋ, ਇਹ ਪੰਜਾਬੀਆਂ ਦੇ ਵਿੱਚ ਕਿਉਂ ਗੱਲਾਂ ਕੀਤੀਆਂ ਜਾ ਰਹੀਆਂ, ਇੱਕ ਸੇਫਟੀ ਆ, ਸੇਫਟੀ ਪਰਪਸ ਲਈ ਆ ਉਹ ਚੀਜ਼। ਉਹ ਇਹ ਕਿਉਂ ਨਹੀਂ ਦੱਸਦੇ ਕਿ ਇਹ ਜੇ ਤੁਸੀਂ ਆਪਣੇ ਦਿਮਾਗ 'ਤੇ ਹੈਵੀ ਹੋ ਕੇ ਵਰਤੋਗੇ ਤਾਂ ਇਹ ਤੁਹਾਡੇ ਲਈ ਖਤਰਾ ਵੀ, ਸੇਫਟੀ ਪਰਪਸ ਲਈ ਕਿਉਂ ਨਹੀਂ ਤੁਸੀਂ ਦੱਸਦੇ ਕਿ ਇੱਕ ਬਹੁਤ ਵਧੀਆ ਚੀਜ਼ ਵੀ, ਮਗਰ ਕਿਉਂ ਇਹ ਕਿਉਂ ਦੂਰ ਕੀਤਾ ਜਾ ਰਿਹਾ ਵਾ। ਪਹਿਲੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਜਿਹੜੇ ਸੂਰਮੇ ਸਿੰਘ ਸੀ ਉਹ ਇੱਦਾਂ ਹੀ ਕਰਦੇ, ਆਪੋ ਤਾਂ ਆਹ ਚੀਜ਼ ਇੱਦਾਂ ਇੱਦਾਂ ਦੱਸ ਦਿੰਦੇ, ਹੁਣ ਆਪਾਂ ਕਿਉਂ ਡਰ ਪਾਉਂਦੇ ਆਪਣੇ ਬੱਚਿਆਂ ਨੂੰ, ਇਹ ਗਲਤ ਚੀਜ਼ ਆ, ਗਲਤ ਕਿੱਥੇ ਆ, ਚੰਗੀ ਚੀਜ਼ ਆ, ਬਸ ਸੇਫਟੀ ਲਈ ਵਰਤੋ ਬਾਈ, ਸਮਾਂ ਆਉਣ ਵਾਲਾ ਕਿੱਦਾਂ ਦਾ ਵੀ ਹੋ ਸਕਦਾ। ਇਸ ਕਰਕੇ ਕਦੀ ਵੀ ਕਿਸੇ ਚੀਜ਼ ਦਾ ਡਰ ਨਾ ਰੱਖੋ। ਬਾਕੀ ਬਹੁਤ ਸੋਹਣਾ ਗਾਣਾ ਗਾਇਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਬਾਕੀ ਤੁਸੀਂ ਦੱਸੋ ਤੁਹਾਨੂੰ ਰੂਪਲਰ ਬਾਈ ਦਾ ਗਾਣਾ ਕਿੱਦਾਂ ਦਾ ਲੱਗਾ, ਵਧੀਆ ਲੱਗਾ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ, ਸਤਿ ਸ਼੍ਰੀ ਅਕਾਲ, ਬਾਏ ਬਾਏ।